हाँ जी सत श्री अकाल जी बई मैं ना अपना कॉमन एक कमेंट देखता सीगा कि मेरी हर एक वीडियो के थले ना कमेंट आया हुंदा एक मुंडे का एक दो मुंडिया का कि असीं ना भी इदा पेपरां बारे कुछ पुछदे हुंदे आ स्वीडन दे बारे क्योंकि मैं स्वीडन दे विच ही रह रहा तो उन्होंने ऐ लगता भी शायद असीं कुछ पुछ लगे स्वीडन बारे। हाँ बई तुहानूं चलो अज मैं टाइम कड्ढिया सीगा तो मैं चलो अज स्पैशल ये चीज़ ते ही आपां एक वीडियो अपलोड करदे आ जो कि वो मुंडिया ने मैनू लगता कि तुसीं जिवें वो हमेशा यही पुछदे आ बंदे कि जे असीं इत्थों दी कुड़ी नाल विआह करवा लईए तां सानूं पेपर मिल सकदे आ। बई इहदे बारे आपां जरूर तुहानूं दस्सांगे। ਇਹਦੇ ਵਿੱਚ बहुत ਮੁੰਡੇ ਹੈਗੇ ਆ ਜਿਹੜੇ ਸਵੀਡਨ ਆਉਂਦੇ ਆ ਜਿਵੇਂ ਕੋਈ ਸਾਈਪਰਸ ਤੋਂ ਵਿਆਹ ਕਰਾ ਕੇ ਆਉਂਦਾ ਜਾਂ ਕੋਈ ਰੋਮਾਨੀਆ ਤੋਂ ਆਉਂਦਾ ਜਾਂ ਬੁਲਗਾਰੀਆ ਦੀ ਕੁੜੀ ਨਾਲ ਰੋਮਾਨੀਆ ਦੀ ਨਾਲ ਲਾਤਵੀਆ ਲਿਥਵਾਨੀਆ ਜਾਂ ਪੋਲੈਂਡ ਪੁਰਤਗਾਲ ਮੋਸਟਲੀ ਇਹਨਾਂ ਕੁੜੀਆਂ ਦੇ ਨਾਲ ਹੀ ਜ਼ਿਆਦਾ ਮੁੰਡੇ ਸਾਈਪਰਸ ਤੋਂ ਵਿਆਹ ਕਰਵਾ ਕੇ ਆਉਂਦੇ ਆ। ਇਹਦੇ ਨਾਲ ਕੀ ਹੁੰਦਾ ਕਿ ਜੇ ਤਾਂ ਤੁਸੀਂ ਸਵੀਡਨ ਹੀ ਆਉਣਾ ਜੇ ਸਵੀਡਨ ਦੀ ਕੁੜੀ ਆ ਜਿਹੜੀ ਤੁਹਾਡੇ ਲਈ ਆਪਾਂ ਗੱਲ ਕਰਦੇ ਜਿਹੜਾ ਮੁੰਡੇ ਦਾ ਪਹਿਲਾਂ ਕਮੈਂਟ ਸੀ ਉਹਦੇ ਬਾਰੇ ਆਪਾਂ ਮੋਸਟਲੀ ਗੱਲ ਕਰਾਂਗੇ ਜਿਹੜੇ ਕਿ ਅੱਜ ਪੇਪਰਾਂ ਦੇ ਇਕੱਲੇ ਵਿਆਹ ਵਾਲੇ ਪੇਪਰਾਂ 'ਤੇ ਹੈ ਨਾ क्योंकि मोस्टली जिहड़े मुंडे विआह करवा के आउंदे आ जे तां स्वीडन दी कुड़ी आ तां बाई जी उहदे लई तुहाडे लई बहुत औखे आ पेपर इत्थे मिलदे क्योंकि जे तुहाडे नाल स्वीडन दी कुड़ी नाल तुसीं विआह करवाया फिर तुहानूं इत्थे मुश्किल ही पेपर मिलण क्योंकि इन्हां दा इक रूल आ कहंदे भी जे स्वीडन दी कुड़ी नाल तुसीं विआह करवाया तां तुहानूं इंडिया जाना पऊगा। तुसीं इंडिया जाओगे कुड़ी इत्थे ही रहूगी स्वीडन ਇੱਥੇ ਤੁਹਾਡੇ ਉਹ ਪੇपर ਅਪਲਾਈ ਕਰੂਗੀ ਤਾਂ ਤੁਸੀਂ ਵਾਪਸ ਇੰਡੀਆ ਤੋਂ ਸਵੀਡਨ ਆ ਸਕਦੇ ਆ। ਹਾਂ ਜੇ ਤੁਸੀਂ ਹੋਰ ਕੰਟਰੀ ਦੀ ਕੁੜੀ ਨਾਲ ਵਿਆਹ ਕਰਵਾ ਕੇ ਇੱਥੇ ਆਪਦੇ ਰਜਿਸਟ੍ਰੇਸ਼ਨ ਕਰਾਉਣੇ ਹੋ ਪੇਪਰ ਲਾਉਣੇ ਹੋ ਫਿਰ ਨਹੀਂ ਕੋਈ ਪ੍ਰੋਬਲਮ ਆਉਂਦੀ ਕਿ ਜਿਵੇਂ ਮੰਨ ਲਓ ਕੋਈ ਰੋਮਾਨੀਆ ਦੀ ਆ ਜਾਂ ਬੁਲਗਾਰੀਆ ਲਾਤਵੀਆ ਲਿਥਵਾਨੀਆ ਹੋਰ ਕੰਟਰੀਆਂ ਦੀਆਂ ਕੁੜੀਆਂ ਨਾਲ ਜਿਵੇਂ ਮੁੰਡੇ ਇੱਥੇ ਵਿਆਹ ਕਰਵਾ ਕੇ ਆਉਂਦੇ ਆ ਜਰਮਨ 'ਚ ਵਿਆਹ ਕਰਵਾ ਕੇ ਜਾਂਦੇ ਸੀਗੇ ਤਾਂ ਉਸੇ ਤਰ੍ਹਾਂ ਸਵੀਡਨ ਚੱਲ ਆਪਾਂ ਇਕੱਲੇ ਸਵੀਡਨ ਦੀ ਗੱਲ ਕਰਦੇ ਹਾਂ। ਸਵੀਡਨ ਦੇ ਵਿੱਚ ਜੇ ਤੁਸੀਂ ਉਹਨਾਂ ਕੰਟਰੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਇੱਥੇ ਆਉਣੇ ਆ ਤਾਂ ਸਿਰਫ ਕੀ ਹੈਗਾ ਕਿ ਤੁਸੀਂ ਇੱਕ ਵਾਰੀ ਦਾ ਪੇਪਰ ਲੈ ਲੈਂਦੇ ਹੋ ਬਾਅਦ ਵਿੱਚ 5 ਸਾਲਾਂ ਬਾਅਦ ਤੁਹਾਨੂੰ ਸੇਮ ਪ੍ਰੋਬਲਮ ਆਉਂਦੀ ਆ ਕਿਉਂਕਿ ਜੇ ਤਾਂ ਤੁਸੀਂ 3-4 ਸਾਲਾਂ ਬਾਅਦ ਤਲਾਕ ਲੈ ਲੈਂਦੇ ਆ ਤੁਸੀਂ ਆਪਦੇ ਸਿੰਗਲ ਅਪਲਾਈ ਕਰਨੀ ਸ਼ੁਰੂ ਕਰ ਦਿੰਦੇ ਮੀਨਜ਼ ਕਿ ਸਿੰਗਲ ਪੇਪਰ 'ਤੇ ਕੰਮ ਕਰਨ ਲੱਗ ਪੈਂਦੇ ਹੋ ਤਾਂ ਤੁਸੀਂ ਤੁਹਾਡੇ ਲਈ ਫਾਇਦਾ ਜਿੱਦਾਂ ਬਿਜ਼ਨਸ ਕਰ ਲਿਆ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਇੰਡੀਪੈਂਡੈਂਟ ਵੀਜ਼ਾ ਲੈ ਲਿਆ ਤਾਂ ਤੁਸੀਂ ਅੱਗੇ ਵੱਧ ਸਕਦੇ ਆ। ਨਹੀਂ ਤਾਂ ਤੁਸੀਂ ਜੇ ਕੁੜੀ ਤੇ ਡਿਪੈਂਡ ਹੋ ਕੇ ਰਹੋਗੇ ਤਾਂ ਤੁਹਾਨੂੰ 5 ਸਾਲਾਂ ਬਾਅਦ ਜਿਵੇਂ ਤੁਸੀਂ PR ਅਪਲਾਈ ਕਰੋਗੇ ਤਾਂ ਤੁਹਾਨੂੰ ਫਿਰ ਸੇਮ ਪ੍ਰੋਬਲਮ ਆਉਣੀ ਆ। ਮੰਨ ਲਓ ਤੁਹਾਡੀ ਕੋਈ ਕੁੜੀ ਨਾਲ ਕੋਈ ਰੌਲਾ ਪੈ ਗਿਆ ਜਾਂ ਕੁੜੀ ਨਾ ਆਈ ਜਾਂ ਕੁੜੀ ਦੇ ਟੈਕਸ ਪੂਰੇ ਨਾ ਹੋਏ ਤਾਂ ਇਹੋ ਜਿਹੀਆਂ ਬਹੁਤ ਪ੍ਰੋਬਲਮਾਂ ਆਉਂਦੀਆਂ। ਆਪਾਂ ਨੂੰ ਕੀ ਲੱਗਦਾ ਇੱਕ ਵਾਰੀ ਅਸੀਂ ਕਾਰਡ ਲੈ ਲਿਆ 5 ਸਾਲਾਂ ਦਾ ਅਸੀਂ ਸਾਨੂੰ ਵਧੀਆ ਲੱਗਦਾ ਵੀ ਠੀਕ ਆ ਯਾਰ ਬਣ ਗਏ ਪੇਪਰ ਹੁਣ ਨਹੀਂ ਲਈਦੇ ਆਪਾਂ ਪਰ ਇਹਦੇ ਵਿੱਚ ਬਹੁਤ ਪ੍ਰੋਬਲਮਾਂ ਬਾਅਦ ਵਿੱਚ ਆਉਂਦੀਆਂ ਕਿ ਜਦੋਂ 5 ਸਾਲਾਂ ਬਾਅਦ ਅਸੀਂ PR ਲੈਂਦੇ ਹਾਂ ਉਦੋਂ ਕੀ ਆ ਇੱਕ ਆਪਣੇ ਕੋਲੇ ਉਹ ਕੁੜੀ ਦੀ ਟਾਈਮਿੰਗ ਦੇਖਦੇ ਆ ਕਿ ਕੁੜੀ ਕਦੋਂ ਤੋਂ ਇੱਥੇ ਰਹਿ ਰਹੀ ਹੈ ਤੁਹਾਡੇ ਨਾਲ ਤੇ ਉਦੋਂ ਤੇ ਇਹ ਵੀ ਦੇਖਦੇ ਆ ਵੀ ਤੁਸੀਂ 5 ਸਾਲਾਂ ਬਾਅਦ ਵਿੱਚ ਕੋਈ ਤੁਹਾਡੇ ਬੱਚਾ ਨਹੀਂ ਹੋਇਆਗਾ ਜਾਂ ਕੁੜੀ ਨੇ ਕਿੰਨੇ ਮਹੀਨੇ ਕੰਮ ਕੀਤਾ ਕਿੰਨੇ ਇਹਦੇ ਟੈਕਸ ਗਏ ਆ ਬਹੁਤ ਜ਼ਿਆਦਾ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਤਾਂ ਉਹ ਸਾਨੂੰ ਫਿਰ ਪੂਰੀਆਂ ਕਰਨੀਆਂ ਪੈਂਦੀਆਂ। ਜੇ ਅਸੀਂ ਪੂਰੀਆਂ ਕਰਦੇ ਆ ਤਾਂ ਅਸੀਂ PR ਤੱਕ ਪਹੁੰਚਦੇ ਆ ਤੇ ਜੇਕਰ ਆਪਣੇ ਨਾਲ ਸਵੀਡਨ ਦੀ ਕੁੜੀ ਨਾਲ ਵਿਆਹ ਕਰਵਾਉਣੇ ਆ ਮੰਨ ਕੇ ਚਲੋ ਵੀ ਆਪਾਂ ਇੰਡੀਆ ਤੋਂ ਹੀ ਇੱਥੇ ਆਏ ਆ ਸਵੀਡਨ ਤਾਂ ਸਵੀਡਨ ਦੇ ਵਿੱਚ ਰਹਿ ਕੇ ਆਪਾਂ ਸਵੀਡਨ ਦੀ ਕੁੜੀ ਨਾਲ ਵਿਆਹ ਕਰਵਾਉਣੇ ਆ ਤਾਂ ਫਿਰ ਵੀ ਸਾਨੂੰ ਵਾਪਸ ਇੰਡੀਆ ਹੀ ਜਾਣਾ ਪੈਂਦਾ ਕਿਉਂਕਿ ਇਹਨਾਂ ਦਾ ਇੱਕ ਰੂਲ ਆ ਕਿ ਕਿਉਂਕਿ ਮੇਰੀ ਨਿਗਾਹ ਦੇ ਵਿੱਚ ਬਹੁਤ ਐਦਾਂ ਦੇ ਮੁੰਡੇ ਆ ਇੱਥੇ ਜਿਹੜੇ ਹੋਰ ਕੰਟਰੀਆਂ ਤੋਂ ਕੁੜੀ ਦੇ ਨਾਲ ਵਿਆਹ ਕਰਵਾ ਕੇ ਸਵੀਡਨ 'ਚ ਆ ਗਏ ਆ ਪਰ ਉਹਨਾਂ ਨੇ ਉਹਨਾਂ ਨੂੰ ਕੰਟਰੀ ਲੀਵ ਦਾ ਲੈਟਰ ਦਿੱਤਾ ਹੋਇਆ ਵੀ ਤੁਸੀਂ ਕੰਟਰੀ ਲੀਵ ਕਰੋ ਜੇ ਕੁੜੀ ਤੁਹਾਨੂੰ ਚਾਹੂਗੀ ਤਾਂ ਤੁਹਾਡੀ ਕੰਟਰੀ ਤੋਂ ਕੁੜੀ ਇੱਥੇ ਬੁਲਾ ਸਕਦੀ ਹੈ। ਦੇਖੋ ਜੀ ਇਹ ਹੈਗੀ ਹੈ ਸਿਰਫ ਵਿਆਹ ਵਾਲਿਆਂ ਵਾਸਤੇ ਆਪਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਇੱਥੇ ਵਿਆਹ ਦੇ ਪੇਪਰ ਬਣਾਉਣੇ ਆ ਜਾਂ ਬਣਾ ਲਏ ਆ ਤਾਂ ਉਹਨਾਂ ਨੂੰ ਆਹ ਮੁਸ਼ਕਲਾਂ ਆਈਆਂ ਇਹਦੇ ਵਿੱਚ। ਹਾਂ ਥੋੜ੍ਹਾ ਜਿਹਾ ਨਾ ਵੀਡੀਓ ਲੰਮੀ ਹੋ ਸਕਦੀ ਆ ਤੇ ਜ਼ਰੂਰ ਐਂਡ ਤੱਕ ਦੇਖੋ ਜੀ। ਜਿਹੜੇ ਮੰਨ ਕੇ ਚਲੋ ਵੀ ਤੁਸੀਂ ਸਾਈਪਰਸ ਤੋਂ ਆਏ ਹੋ ਜਾਂ ਹੋਰ ਕੰਟਰੀ ਤੋਂ ਇੱਥੇ ਪੁਰਤਗਾਲ ਤੋਂ ਕਿਤੋਂ ਵੀ ਆਏ ਹੋ ਨਾ ਇੱਥੇ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ ਪੇਪਰ ਲੈਣ 'ਤੇ ਬਿਲਕੁਲ ਫ੍ਰੀ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ। ਜਿਵੇਂ ਮੁੰਡੇ ਹੋਰ ਕੰਟਰੀ ਜਾਂਦੇ ਕੋਈ ਕਹਿੰਦਾ 5000 ਯੂਰੋ ਲੱਗਦਾ ਜਾਂ 6000 7000 ਯੂਰੋ ਲੱਗਦਾ 1 ਰੁਪਈਆ ਵੀ ਨਹੀਂ ਲੱਗਦਾ। ਹਾਲਾਂਕਿ ਇੱਥੇ ਤੁਸੀਂ ਇੱਥੇ ਇਮੀਗ੍ਰੇਸ਼ਨ ਜਾਓਗੇ ਤੁਹਾਡੀ ਰਜਿਸਟ੍ਰੇਸ਼ਨ ਵੀ ਬਿਲਕੁਲ ਫ੍ਰੀ ਹੈ। ਰਜਿਸਟ੍ਰੇਸ਼ਨ ਦੇ ਜਿਹੜੇ ਪੇਪਰ ਹੁੰਦੇ ਆ ਤੁਹਾਨੂੰ ਇੱਕ ਆਫਿਸ ਦੇ ਕਿਸੇ ਆਫੀਸਰ ਨੂੰ ਵੀ ਦੇਣ ਦੀ ਲੋੜ ਨਹੀਂ ਗੀ ਉਹਨਾਂ ਨੇ ਇੱਕ ਪੋਸਟ ਬਾਕਸ ਲਾਇਆ ਹੋਇਆ ਸਿਰਫ ਆਪਦੇ ਇਕੱਠੇ ਕਰੋ ਪੇਪਰ ਇੱਕ ਲਿਫਾਫੇ 'ਚ ਪਾਓ ਤਾਂ ਉੱਥੇ ਤੁਸੀਂ ਜਾ ਕੇ ਪੋਸਟ ਆਫਿਸ ਦੇ ਵਿੱਚ ਪਾ ਸਕਦੇ ਆ ਉਹ ਆਪਣੇ ਆਪ ਹੀ ਤੁਹਾਡੇ ਡਾਕੂਮੈਂਟ ਚੱਕ ਲੈਂਦੇ ਆ ਕਿ ਇੱਥੇ ਇੰਨਾ ਈਜ਼ੀ ਆ ਪੇਪਰ ਬਣਾਉਣੇ। मीनस कि तुसीं आके रजिस्ट्रेशन कराओ इंडिपेंडेंट सब कुछ करवा सकते, थोनों कोई वकील कोई एजेंट की लौड़ नहीं गी। कदे भी असी यारां बेलियां दे जां किसी होर मुंडियां दे धक्के चढ़ जाने कॉन्ट्रैक्ट के चक्कर च भी थोनों इन्ने पैसों का असी जी कॉन्ट्रैक्ट लै देंगे, असी थोनों 3 महीने च पेपर बना देंगे, 4 महीने च पेपर बना देंगे, ऐदा कुछ नहीं बना सकते। क्योंकि मेरे हिसाब नाल स्वीडन इहो जी कंट्री है भी जिथे कोई सिफारिश नहीं चलती पेपरां च, क्योंकि जिहड़े इत्थों दे ऑफिसर आ जां वकील आ उन्होंने भी कोई इहो जिहा गलत काम कीता, उन्हां दे भी केस चल रहे इत्थे। इहो जिहे बंदे मैं खुद देखे होए आ जिहड़े खुद इमीग्रेशन च लगे आ ते उन्हां ते भी केस होए आ, वकील आ उन्हां ते भी केस चल रहे कि जिन्हां ने ऐदां गलत करन दी कोशिश कीती है। इस करके तुसीं जदों आओगे इत्थे ठीक आ 2-3 महीने मेहनत करो, किसी बंदे नाल काम करो, उहदे कोलों कॉन्ट्रैक्ट लओ जॉब कॉन्ट्रैक्ट जिहड़ा तुहानूं फ्री च मिल जाना, ओह जिहदे तुसीं जिहड़े थोड़े तो मुंडा जो थोड़ा जानता तुम उन्होंने कॉल कर करके इतने आ जाने हो, उही थोड़े तो पैसे लै लेंदा, कोई 2000 लै लेंदा, कोई 3000 लै लेंदा, क्योंकि वो थोनों आए होंदा भी मैं अज ही करवाना सारा कुछ, मेरे कुड़ी दे पैसे बच जाण, बाद पता नहीं कुड़ी वापस आवे ना आवे। पर तुम एक बारी तो रिस्क लै लेने हो, पर बाद विच की हैगा जे कुड़ी वापस नहीं आउंदी वो थोड़ा 2-3000 भी वेस्ट जांदा, क्योंकि जे कुड़ी ना आई तो फिर इन्नी जल्दी करन दी लोड़ ही नहीं। आपदा 2-3 महीने कल्ले रह लो इत्थे, आपदा कल्ले तुसीं इत्थे कम करो, उदों डॉकूमेंट आपदे हत्थ विच करो, फिर आपदी कुड़ी जिहदे नाल तुसीं विआह करवाया उहनूं सद्दो ते आपदी रजिस्ट्रेशन करवा दो। पहली गल तां सिर्फ इत्थे जदों आपां रजिस्ट्रेशन करवाउणे आ कुड़ी दी भी लोड़ नहीं पैंदी गी, सिर्फ उदों सिर्फ तुहानूं की हैगा जदों आपां एक इत्थे दा टैक्स नंबर हुंदा ओह अप्लाई करन वास्ते कुड़ी दी लोड़ पैंदी आ, वैसे कुड़ी दी भी नहीं लोड़ जे तुसीं इत्थे आपदी रजिस्ट्रेशन अप्लाई करनी है तां पेपरां वास्ते तुसीं इंडिपेंडेंट इत्थे कर सकदे आ, जिमें होर कंट्रिया दी कुड़ियां नाल विआह करवा के आउणे स्वीडन दे विच, तां करके ते स्वीडन की कुड़ी नाल नहीं तुसीं ऐदा कर सकदे कि स्वीडन की कुड़ी नाल तुसीं विआह करवा के स्वीडन में आओगे तां तुहानूं पेपर नहीं मिलणेगे, तुहानूं पेपर लैण वास्ते तुहानूं इंडिया जाना पऊगा। ये थोड़ा एक अपना मेन गल जिहड़ी तुहानूं यही दस रिहा सीगा मैं कि स्वीडन की कुड़ी नाल नहीं पेपर मिलते, स्वीडन की कुड़ी नाल जे तुसीं विआह करदे आ तां तुहानूं इंडिया जाना पैंदा वापस, फिर इत्थे जिहड़ी कुड़ी आ ओह तुहाडे पेपर लाउंदी आ, फिर तुहाडा वीज़ा इंडिया जांदा, फिर तुहानूं उत्थों वीज़ा मिल के फिर तुसीं इत्थे आ सकदे आ। ये स्वीडन का रूल है जी इत्थे, ठीक है। मेन तुसीं कदे भी जो तुसीं विआह वाले पेपर इत्थे बनाउणे आ उन्हां ते 1 रुपया भी नहीं लगदा, आपदे पैसे वेस्ट ना करो। जे किसी तुहाडा यार बेली आ तुहानूं कोई लालच दिंदा भी मैं तेरा 1500 च 2-3000 यूरो च करवा दूंगा, 1 रुपया भी नहीं लगता, किसी दियां गल्लां विच ना आओ। स्वीडन इहो जी कंट्री है कि जिथे कोई रुपया नहीं लगता है पेपरां का, ठीक है। तो अपने चैनल में जरूर सबसक्राइब कराया जे होर भी जे असी मैं हुण सोचा कि चलो आप हफ्ते दे विच इक इदां दी वीडियो बनाया करांगे कि जिहदे विच जस्ट तुहानूं नॉलेज दित्ती जावे कि किहड़े पेपर किवें बनदे आ, इत्थे जो स्वीडन च काम कर रहे आ 2 नंबर च उन्हां दी किन्नी सैलरी आ, जिहड़े 1 नंबर च करदे आ उन्हां दी किन्नी सैलरी आ, आपां हर एक चीज़ ते गल करांगे। ते अपने चैनल नूं सबसक्राइब करो और अपनी वीडियो नूं शेयर कर दिया जे जिहड़े जिहड़े बंदे नूं स्वीडन दी नॉलेज चाहीदी आ उहनूं तुसीं इह वीडियो दिखा सकदे आ। इह जस्ट मैं तुहानूं रियलिटी दस्सी इत्थों दी, इह कोई फेक नहीं गा। तुसीं जिहड़ा बंदा तुसीं किसी नूं भी इत्थे जे कोई तुहानूं जाणदा तुसीं गल करके उहनूं तुसीं पुੱਛ सकदे आ भी आह चीज़ हैगी आ तां सेम यही चीज़ होऊगी। ते तुसीं खुद एक्सपीरियंस करना चाहुंदे आ तां खुद भी कर सकदे हो। ते बस इह इकल्ले स्वीडन बारे तुहानूं दस्सणा सीगा। कि थैंक यू।